ਨਾਭਾ ਦੇ ਹੀਰਾ ਮਹਿਲ ਕਲੋਨੀ ਅਤੇ ਟੀਚਰ ਕਲੋਨੀ ਦੇ ਕਰੀਬ 2000 ਵੋਟਰਾਂ ਨੇ ਇਸ ਕਰਕੇ ਚੋਣਾਂ ਦਾ ਬਾਈਕਾਟ ਕੀਤਾ ਹੈ ਕਿ ਕਲੋਨੀ ਵਿੱਚ ਬਿਨਾਂ ਬਰਸਾਤ ਪਾਣੀ ਖੜਾ ਰਹਿੰਦਾ ਹੈ, ਜਿਸ ਕਾਰਨ ਉਹਨਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸ਼ਬਦੀ ਵਾਰ ਕੀਤੇ ਅਤੇ ਆਪਣੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਕਿ ਕੋਈ ਵੀ ਉਮੀਦਵਾਰ ਵੋਟ ਨਾ ਮੰਗੇ। ਇਸ ਮੌਕੇ ਤੇ ਵਾਰਡ ਵਾਸੀ ਕਰਮਜੀਤ ਕੌਰ ਅਤੇ ਵਾਰਡ ਵਾਸੀ ਮਨਾਕਸ਼ੀ ਗੁਪਤਾ ਨੇ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਵਾਂਗੇ ਅਤੇ ਜੇ ਵੋਟ ਲੈਣ ਆਵੇਗਾ ਉਸਦੀ ਛਿੱਤਰ ਪਰੇਡ ਅਤੇ ਜੁੱਤੀਆਂ ਦੇ ਹਾਰ ਪਾਵਾਂਗੇ। ਇਸ ਮੌਕੇ ਤੇ ਵੋਟਰ ਅਤੇ ਸਾਬਕਾ ਪ੍ਰਿੰਸੀਪਲ ਇੰਦਰ ਮੋਹਨ ਅਤੇ ਸੁਭਾਸ਼ ਟੰਡ ਨੇ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਸਾਡੀ ਕਲੋਨੀ 'ਚ ਬਿਨਾਂ ਮੀਂਹ ਦੇ ਹੀ ਪਾਣੀ ਖੜਾ ਰਹਿੰਦਾ ਅਤੇ ਜੋ ਪੈਸੇ ਸ਼ਹਿਰ ਲਈ ਆਉਂਦੇ ਹਨ ਉਹ ਕਿੱਥੇ ਜਾਂਦੇ ਨੇ ਅਤੇ ਅਸੀਂ ਹਰ ਪਾਰਟੀ ਦਾ ਬਾਈਕਾਟ ਕਰਦੇ ਹਾਂ। ਅਸੀਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਵਾਂਗੇ ਅਤੇ ਨੋਟਾਂ ਦਾ ਬਟਨ ਦਬਾਵਾਂਗੇ। ਕੋਈ ਵੋਟਾਂ ਲੈਣ ਆਊਗਾ, ਕੋਈ ਭੈਣ ਆਵੇ, ਕੋਈ ਵੀਰ ਆਵੇ, ਕੋਈ ਮਿਨਿਸਟਰ ਆਵੇ, ਐਮਪੀ ਆਵੇ, ਅਸੀਂ ਅੰਦਰ ਡਾ ਕੇ ਉਹਨਾਂ ਦੀ ਪਟਾਈ ਕਰਨੀ ਆ ਪੂਰੀ। ਹੁਣ ਸਾਡੀ ਸਾਰੀ ਗਲੀ ਸਾਡੇ ਨਾਲ, ਪਤਾ ਨਹੀਂ ਧਰਮਸੋਤ ਦੇ ਢਿੱਡ 'ਚ ਜਾਂਦਾ ਕੁਛ, ਸਾਨੂੰ ਕੁਛ ਨਹੀਂ ਨੌਲੇਜ ਹੈਗੀ, ਮਤਲਬ ਸਾਰੇ ਅਸੀਂ ਇੰਨੇ ਕੁ ਪਰੇਸ਼ਾਨ ਆ। ਸਾਡੇ ਕੋਈ ਰਿਸ਼ਤੇਦਾਰ ਨੇ ਆਉਣਾ ਹੁੰਦਾ, ਸਾਨੂੰ ਵਿਪਤਾ ਪੈਂਦੀ ਆ, ਸਾਨੂੰ ਉੱਥੇ ਤੱਕ ਟੈਕਸੀ ਭੇਜਣੀ ਪੈਂਦੀ ਆ। ਮੈਂ ਉਨਸੇ ਰਿਕੁਐਸਟ ਕਰੀ, ਮੈਨੂੰ ਕਿਹਾ ਭਈਆ ਇੱਕ ਵਾਰ ਆ ਕੇ ਤਾਂ ਦੇਖ ਲਓ ਆਪ, ਨਾ ਬਣਾਉਣਾ ਕੋਈ ਸੜਕ, ਕੁਛ ਨਾ ਕਰਨਾ, ਇੱਕ ਵਾਰ ਆ ਕੇ ਦੇਖ ਲਓ। ਉਨ ਕਾ ਫਰਜ਼ ਬਣਤਾ ਨਾ ਜੋ ਪ੍ਰਧਾਨ ਹੈ ਉਹ, ਫਿਰ ਵੀ ਨਹੀਂ ਆਏ ਉਹ ਯਹਾਂ ਪਰ, ਫਿਰ ਬਤਾਓ ਕਿਆ ਕਰੇਂਗੇ ਹਮ ਲੋਕ। ਹਮਨੇ ਤੋ ਕਿਸੀ ਕੋ ਵੋਟ ਨਹੀਂ ਦੇਣੀ ਆ, ਨਾ ਕਿਸੀ ਕੋ ਆਨੇ ਦੇਣਾ ਯਹਾਂ ਪਰ।